ਸਾਡੀ ਭੈਣ ਦੇ ਸੁਹਾਗ ਨੂੰ ਉਜਾੜਿਆ। ਅੱਜ ਅਸੀਂ ਤੁਹਾਡੇ ਲੰਗਰ ਇਸ ਤਾਰਾ ਬੇਲਾ ਰੰਗ ਦੇਵਾਂਗੇ। ਅਸਲਾਮ ਅਲੈਕੁਮ, ਹੱਸਦੇ ਰਹੋ, ਵਸਦੇ ਰਹੋ, ਜੀਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਮਜ਼ੇਦਾਰ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਅਤੇ ਉਸ ਫਿਲਮ ਦਾ ਨਾਂ ਹੈ ਛਾਂਗਾ ਮਾਂਗਾ। 27 ਨਵੰਬਰ 1987 ਬਰੋਜ਼ ਜਮਾਂ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਛਾਂਗਾ ਮਾਂਗਾ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਈ, ਅੰਜਮਨ, ਚਕੋਰੀ, ਯੂਸਫ ਖਾਨ, ਆਗਾ ਤਾਲਿਸ਼, ਮਨਵਰ ਸਈਦ, ਜੱਗੀ ਮਲਕ, ਹੈਦਰ, ਦੁਰਦਾਨਾ ਰਹਿਮਾਨ, ਸਾਕੀ, ਅਸਲਮ ਪਰਵੇਜ਼। ਹਦਾਇਤ ਹੈਦਰ, ਫਿਲਮ ਸਾਜ਼ ਹੈਦਰ, ਇਹਨੂੰ ਲਿਖਣ ਵਾਲੇ ਨੇ ਵਾਰਿਸ ਲੁਧਿਆਨਵੀ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਮਾਸਟਰ ਅਬਦੁੱਲਾ ਨੇ। ਇਹ ਜਿਹੜੀ ਛਾਂਗਾ ਮਾਂਗਾ ਕਹਾਣੀ ਹੈ, ਇਹ ਦੋ ਭਰਾਵਾਂ ਦੀ ਕਹਾਣੀ ਹੈ। ਛਾਂਗਾ ਮਤਲਬ ਸ਼ੇਰ ਅਲੀ ਅਤੇ ਮਾਂਗਾ ਮਤਲਬ ਮੁਰਾਦ ਅਲੀ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਛਾਂਗਾ ਮਾਂਗਾ, ਉਹ ਅਦਾਕਾਰ ਸੁਲਤਾਨ ਰਾਈ ਔਰ ਯੂਸਫ ਖਾਨ ਨੇ ਅਦਾ ਕੀਤਾ ਹੈ। ਚਿਰਾਗ ਅਲੀ ਔਰ ਬਾਗ ਅਲੀ ਦੋ ਭਰਾਵਾਂ ਦੀ ਇਹ ਕਹਾਣੀ ਹੈ, ਜਿਨ੍ਹਾਂ ਦੇ ਅੱਗੋਂ ਪੁੱਤਰ ਹੁੰਦੇ ਨੇ ਛਾਂਗਾ ਅਤੇ ਮਾਂਗਾ। ਜਿਹੜੇ ਚਿਰਾਗ ਅਲੀ ਅਤੇ ਬਾਗ ਅਲੀ, ਉਹਦਾ ਕਿਰਦਾਰ ਅਦਾਕਾਰ ਅਸਲਮ ਪਰਵੇਜ਼ ਅਤੇ ਅਦਾਕਾਰ ਸਾਕੀ ਨੇ ਅਦਾ ਕੀਤਾ ਹੈ। ਇਹ ਦੋਨੋਂ ਭਰਾ ਜਿਹੜੇ ਹੁੰਦੇ ਨੇ ਅੰਗਰੇਜ਼ਾਂ ਕੋਲੋਂ ਸਖ਼ਤ ਨਫ਼ਰਤ ਕਰਦੇ ਨੇ, ਜਿਸ ਦੀ ਵਜ੍ਹਾ ਤੋਂ ਉਸ ਇਲਾਕੇ ਦੇ ਜਿਹੜੇ ਹਿੰਦੂ ਬਣੀ ਹੁੰਦੇ ਨੇ ਉਹ ਇਹਨਾਂ ਦੇ ਸਖ਼ਤ ਦੁਸ਼ਮਣ ਹੁੰਦੇ ਨੇ, ਔਰ ਇਸ ਦੁਸ਼ਮਣੀ ਦੀ ਵਜ੍ਹਾ ਤੋਂ ਇਹਨਾਂ ਦੋਨਾਂ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸ਼ਹੀਦ ਕਰਨ ਤੋਂ ਬਾਅਦ ਇਹਨਾਂ ਦੇ ਜਿਹੜੇ ਦੋ ਪੁੱਤਰ ਹੁੰਦੇ ਨੇ ਛਾਂਗਾ ਅਤੇ ਮਾਂਗਾ, ਉਹਨਾਂ ਨੂੰ ਜਿਹੜਾ ਹਿੰਦੂ ਬਣੀਆ ਹੁੰਦਾ ਹੈ, ਹਿੰਦੂ ਬਣੀਏ ਦਾ ਕਿਰਦਾਰ ਅਦਾਕਾਰ ਆਗਾ ਤਾਲਿਸ਼ ਨੇ ਅਦਾ ਕੀਤਾ ਹੈ। ਅਤੇ ਆਗਾ ਤਾਲਿਸ਼ ਦਾ ਨਾਮ ਦੀਵਾਨ ਜੀ ਹੁੰਦਾ ਹੈ। ਦੀਵਾਨ ਜੀ ਇੱਕ ਹਿੰਦੂ ਬਣੀਆ ਹੁੰਦਾ ਹੈ ਔਰ ਇੱਕ ਜ਼ਾਲਿਮ ਸ਼ਖਸ ਹੁੰਦਾ ਹੈ, ਔਰ ਉਹ ਛਾਂਗੇ ਔਰ ਮਾਂਗੇ ਨੂੰ ਇਤਨੀ ਅਜ਼ੀਅਤ ਦਿੰਦਾ ਹੈ ਕਿ ਉਹਨਾਂ ਨੂੰ ਨੀਂਹ ਪਾਗਲ ਕਰ ਦਿੰਦਾ, ਔਰ ਮੱਲੇ 'ਚ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦੇ ਫਿਰਦੇ ਨੇ, ਸਾਦੇ ਔਰ ਪੋਲੇ ਪਾਲੇ ਹੁੰਦੇ ਨੇ। ਔਰ ਦੀਵਾਨ ਜੀ ਦੇ ਦੋ ਪੁੱਤਰ ਹੁੰਦੇ ਨੇ ਮੁਨੱਵਰ ਸਈਦ ਔਰ ਜੱਗੀ ਮਲਕ। ਇਹ ਵੀ ਦੋਨੋਂ ਸ਼ਖਸ ਜ਼ਾਲਮ ਹੁੰਦੇ, ਉਹਨਾਂ 'ਤੇ ਜ਼ੁਲਮ ਕਰਦੇ ਨੇ। ਇਸ ਫਿਲਮ ਦਾ ਜਿਹੜੇ ਡਾਇਰੈਕਟਰ ਹੈ ਹੈਦਰ ਅਲੀ, ਉਸਨੇ ਇਸ ਫਿਲਮ ਤੋਂ ਪਹਿਲੇ ਬਹੁਤ ਸਾਰੀਆਂ ਫਿਲਮਾਂ ਪ੍ਰੋਡਿਊਸ ਕੀਤੀਆਂ ਔਰ ਬਤੌਰ ਹੀਰੋ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਅਗਰ ਤੁਸੀਂ ਵੇਖੋ ਤਾਂ ਹਮਰਾਈ ਔਰ ਗਾਜ਼ੀ ਇਲਮਦੀਨ ਸ਼ਹੀਦ ਜਿਹੜਾ ਨਾ ਸਰੇ ਫਹਿਰਿਸਤਨ। ਹੈਦਰ ਅਲੀ ਨੇ ਇਸ ਫਿਲਮ ਦੇ ਅੰਦਰ ਹੈਦਰ ਦਾ ਕਿਰਦਾਰ ਅਦਾ ਕੀਤਾ, ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਹੁੰਦਾ ਹੈ, ਔਰ ਪੀਨੋ ਜਿਹੜੀ ਦੁਰਦਾਨਾ ਰਹਿਮਾਨ ਹੁੰਦੀ ਹੈ ਉਹ ਪੀਨੋ ਦੇ ਨਾਲ ਪਿਆਰ ਕਰਦਾ ਹੈ, ਔਰ ਪੀਨੋ ਦਾ ਜਿਹੜਾ ਪਿਓ ਹੁੰਦਾ ਹੈ ਸ਼ੇਖ ਇਕਬਾਲ, ਉਹਦਾ ਨਾਮ ਇਲਮਦੀਨ ਹੁੰਦਾ ਹੈ, ਅਤੇ ਇਲਮਦੀਨ ਇੱਕ ਕਾਇਆ ਅਤੇ ਮਕਾਰ ਕਿਸਮ ਦਾ ਸ਼ਖਸ ਹੁੰਦਾ ਹੈ, ਔਰ ਉਹ ਸਾਜ਼ਿਸ਼ਾਂ ਕਰਦਾ ਹੋਵੇ। ਹੈਦਰ ਜਿਹੜਾ ਹੁੰਦਾ ਇੱਕ ਪੜ੍ਹਿਆ ਲਿਖਿਆ ਔਰ ਇੱਕ ਨੇਕ ਇਨਸਾਨ ਹੁੰਦਾ ਹੈ, ਔਰ ਸ਼ਹਿਰ ਤੋਂ ਪੜ੍ਹ ਲਿਖ ਕੇ ਆਉਂਦਾ ਹੈ, ਔਰ ਪੀਨੋ ਦੇ ਨਾਲ ਉਹ ਪਿਆਰ ਕਰਦਾ ਹੈ। ਸਾਡੇ ਟਿਕਾਣੇ ਦੀ ਫਿਕਰ ਨਾ ਕਰੋ ਚੋਈ ਸਾਹਿਬ, ਜਿੰਨੀ ਛੇਤੀ ਵੀ ਸੁਣਦਾ ਜੇ ਡੋਲੀ ਤੋੜਨ ਦੀ ਗੱਲ ਕਰੋ, ਜਾਣ ਜਾਣੇ ਦਿਨ ਅਸੀਂ ਦੋਵੇਂ ਆਪ ਪਹੁੰਚ ਜਾਂਗੇ, ਰੱਬ ਰਾਖਾ। ਜੱਗੀ ਮਲਕ ਔਰ ਮੁਨੱਵਰ ਸਈਦ ਜਿਹੜੇ ਹੁੰਦੇ ਨੇ ਉਹ ਪੀਨੋ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਨੇ, ਛਾਂਗਾ ਅਤੇ ਮਾਂਗਾ ਆ ਜਾਂਦੇ ਨੇ ਔਰ ਆ ਕੇ ਉਹਦੀ ਇੱਜ਼ਤ ਬਚਾਉਂਦੇ ਨੇ।
ਅੱਛਾ, ਤੁਸੀਂ ਇਹ ਵੇਖਿਆ ਹੋਏਗਾ ਕਿ ਬਹੁਤ ਸਾਰੀ ਫਿਲਮਾਂ ਤੁਸੀਂ ਵੇਖਿਆ ਹੋਏਗਾ ਕਿ ਸੁਲਤਾਨ ਰਹੀ ਔਰ ਯੂਸਫ ਖਾਨ ਇੱਕ ਫਿਲਮ ਦੇ ਅੰਦਰ ਰਵਣ ਅਤੇ ਉਹਦੀ ਜਿਹੜੀ ਹੀਰੋਇਨ ਹੈ ਉਹ ਅੰਜਮਨ ਨਗਰ ਹੋਏਗੀ ਅਤੇ ਉਹ ਸੁਲਤਾਨ ਰਹੀ ਦੇ ਨਾਲ ਉਹਦਾ ਪੇਅਰ ਬਣਿਆ ਹੋਏਗਾ। ਲੇਕਿਨ ਇਸ ਫਿਲਮ ਦੇ ਅੰਦਰ ਚਕੋਰੀ ਨੇ ਸੁਲਤਾਨ ਰਹੀ ਦੇ ਨਾਲ ਪੇਅਰ ਬਣਾਇਆ ਔਰ ਅੰਜਮਨ ਨੇ ਯੂਸਫ ਖਾਨ ਦੇ ਨਾਲ ਪੇਅਰ ਬਣਾਇਆ। ਅੰਗਰੇਜ਼ ਉਹਨਾਂ 'ਤੇ ਇੰਨਾ ਜ਼ੁਲਮ ਕਰਦਾ ਹੈ ਕਿ ਉਹ ਛਾਂਗਾ ਮਾਂਗਾ ਜਿਹੜੇ ਹੁੰਦੇ ਹਨ ਉਹ ਅੰਗਰੇਜ਼ ਦੇ ਖਿਲਾਫ਼ ਬਗਾਵਤ ਦਾ ਐਲਾਨ ਕਰ ਦਿੰਦੇ ਨੇ ਔਰ ਇਸ ਤੋਂ ਪਹਿਲੇ ਹੈਦਰ ਵੀ ਸ਼ਹੀਦ ਹੋ ਜਾਂਦਾ ਹੈ। ਦੋਨੋਂ ਜਿਹੜਾ ਨਾ ਛਾਂਗਾ ਔਰ ਮਾਂਗਾ ਜਿਹੜਾ ਦੋਨੋਂ ਹੁੰਦੇ ਨੇ ਉਹ ਡਾਕੂ ਬਣ ਜਾਂਦੇ ਹਨ, ਡਾਕੂ ਬਣ ਕੇ ਅੰਗਰੇਜ਼ਾਂ ਦੇ ਖਿਲਾਫ਼ ਕਾਰਵਾਈਆਂ ਕਰਦੇ ਨੇ। ਔਰ ਇਸ ਫਿਲਮ ਦੇ ਅੰਦਰ ਰੰਗੀਲਾ ਨੇ ਵੀ ਬੜੀ ਅੱਛੀ ਕਾਮੇਡੀ ਕੀਤੀ ਹੈ। ਉਹਨੇ ਅੰਗਰੇਜ਼ ਜਨਰਲ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਇੱਕ ਮਕਾਰ ਔਰ ਸਮਝ ਲਓ ਕਿ ਜ਼ਹਿਨ ਤਰੀਨ ਇਨਸਾਨ ਹੁੰਦਾ, ਲੇਕਿਨ ਕਾਮੇਡੀ ਵੀ ਬੜੀ ਅੱਛੀ ਰੰਗੀਲਾ ਨੇ ਕੀਤੀ। ਅੰਜਮਨ ਅਤੇ ਚਕੋਰੀ ਨੇ ਇਸ ਫਿਲਮ ਦੇ ਅੰਦਰ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ ਔਰ ਨਜ਼ਰ ਆਇਆ ਕਿ ਵਾਕਈ ਉਹਨਾਂ ਨੇ ਇਸ ਫਿਲਮ ਦੇ ਅੰਦਰ ਕੰਮ ਕੀਤਾ ਹੈ। ਔਰ ਇਸ ਤੋਂ ਪਹਿਲੇ ਜੈਸੇ ਫਿਲਮਾਂ ਰੂਟੀਨ ਦੀਆਂ ਹੁੰਦੀਆਂ ਤਾਂ ਉਹ ਦੋ ਚਾਰ ਗਾਣੇ ਕਰਦੀਆਂ ਔਰ ਉਸ ਤੋਂ ਬਾਅਦ ਗਾਇਬ ਹੋ ਜਾਂਦੇ, ਲੇਕਿਨ ਬਕਾਇਦਾ ਉਹ ਅੰਗਰੇਜ਼ਾਂ ਦੇ ਖਿਲਾਫ਼ ਜਹਾਦ ਕਰਦੀਆਂ ਹਨ, ਉਹ ਬਕਾਇਦਾ ਜਹਾਦ ਦੇ ਦੌਰਾਨ ਉਹ ਸ਼ਹੀਦ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜਾ ਹਾਲਾਤ ਜਦੋਂ ਬਹੁਤ ਜ਼ਿਆਦਾ ਤੰਗ ਹੁੰਦੇ, ਦੀਵਾਨ ਜੀ ਔਰ ਉਹਦੇ ਪੁੱਤਰਾਂ ਨੂੰ ਮਾਰਨ ਤੋਂ ਬਾਅਦ ਉਹ ਡਾਕੂ ਬਣ ਜਾਂਦੇ, ਉਹ ਡਾਕੂ ਬਣ ਕੇ ਅੰਗਰੇਜ਼ਾਂ ਦੇ ਖਿਲਾਫ਼ ਜਹਾਦ ਦਾ ਐਲਾਨ ਕਰਦੇ ਹਨ ਔਰ ਇਸ ਤਰ੍ਹਾਂ ਜਹਾਦ ਕਰਦੇ ਆਇਆ ਉਹ ਦੋਨੋਂ ਸ਼ਹੀਦ ਹੋ ਜਾਂਦੇ ਨੇ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਬੜੀ ਹੀ ਅੱਛੀ ਔਰ ਬੜੀ ਸ਼ਾਨਦਾਰ ਫਿਲਮ ਹੈ। ਇਸ ਫਿਲਮ ਦਾ ਮਿਊਜ਼ਿਕ ਬੜਾ ਸ਼ਾਨਦਾਰ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।